ਜਲੰਧਰ ਐਸਟੀਐਫ ਅਤੇ ਜਲੰਧਰ ਪੁਲਿਸ ਵੱਲੋਂ ਫੜੇ ਗਏ ਚਾਰਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਫੜੇ ਗਏ ਚਾਰਾਂ ਦੋਸ਼ੀਆਂ ਨੂੰ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਇਹਨਾਂ ਚਾਰਾਂ ਨੂੰ ਪੁੱਛਗਿੱਛ ਲਈ 4 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਇਹ ਚਾਰੋ ਗੈਂਗਸਟਰ ਵਿੱਕੀ ਗੌਂਡਰ ਦੇ ਕਾਫੀ ਕਰੀਬੀ ਸਨ। ਗੁਰਦਾਸਪੁਰ ਵਿੱਚ 2 ਦਿਨ ਪਹਿਲਾਂ ਹੋਏ 13 ਹੱਤਿਆਕਾਂਡ ਵਿੱਚ ਵੀ ਇਹਨਾਂ ਦੀ ਭੂਮਿਕਾ ਸਾਹਮਣੇ ਆਈ ਹੈ। ਮੰਨਿਆ ਜਾ ਰਿਹਾ ਕਿ ਇਹ ਸਾਰੇ ਦੋਸ਼ੀ ਗੌਂਡਰ ਦੀ ਬੀ ਟੀਮ ਦੇ ਮੈਂਬਰ ਸਨ ਅਤੇ ਸਾਰੇ ਵਿੱਕੀ ਦੇ ਨਾਲ ਵੀ ਅਤੇ ਵਿੱਕੀ ਦੇ ਕਹਿਣ ਤੇ ਵੀ ਕੰਮ ਕਰਦੇ ਸਨ। ਹਾਲਾਂਕਿ ਪੁਲਿਸ ਵੱਲੋਂ ਇਹਨਾਂ ਤੱਥਾਂ ਦੀ ਪੁਸ਼ਟੀ ਨਹੀਂ ਕੀਤੀ ਗਈ। ਦੋਸ਼ੀ ਜਿਹੜੀ ਇਹਨਾਂ ਨੂੰ ਗੈਂਗਸਟਰ ਹੈਗੇ ਜਿਹੜੇ ਇਹਨਾਂ ਨੂੰ ਅਸੀਂ ਅਦਾਲਤ ਵਿੱਚ ਪੇਸ਼ ਕੀਤਾ, ਇਹਨਾਂ ਦਾ 4 ਦਿਨ ਦਾ ਰਿਮਾਂਡ ਜਿਹੜਾ ਸਾਨੂੰ ਜੇ ਸਾਹਮਣੇ ਦਿੱਤਾ, ਇਹਨਾਂ ਤੋਂ ਹੋਰ ਅਸੀਂ ਜਿਹੜੀ ਪੁੱਛਗਿੱਛ ਕਰਨੀ ਹੈ, ਜਿਹੜੇ ਇਹਨਾਂ ਦੇ ਹੋਰ ਸਾਥੀ ਹੈ ਜਿਹੜੇ ਭੱਜੇ ਹੋਏ ਤਾਂ ਉਹਨਾਂ ਨੂੰ ਅਰੈਸਟ ਕਰਨਾ, ਅਤੇ ਹੋਰ ਇਸ ਤੋਂ ਬਾਅਦ ਇਹਨਾਂ ਨੇ ਹੋਰ ਕਿਹੜੇ ਕ੍ਰਾਈਮ ਜਿਹੜੇ ਕੋਈ ਪਹਿਲਾਂ ਕਿਤੇ ਨੇ ਵਾਰਦਾਤਾਂ ਕੀਤੀਆਂ ਨੇ ਉਹ ਅਸੀਂ ਇਹਨਾਂ ਤੋਂ ਪੁੱਛਗਿੱਛ ਕਰਨੀ।